ਹੈਗੀ ਆ। ਪਰੌਂਠਾ ਭੈਣ ਵੱਡਾ ਤੋਂ ਵੱਡਾ ਛੋਟਾ ਕਰੋ ਇਹਨੂੰ। ਅਭੀ ਮਜ਼ਾ ਆਏਗਾ ਨਾ ਭਿੜੋ ਮਾਲ ਕੀ ਦੇ ਰਹੇ ਕਰੋ 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 ਆਪਣੇ ਹਿਸਾਬ ਨਾਲ ਬਣਾਇਆ ਨਾ ਫਿਰ ਅੱਛਾ ਇਹ ਤੇ ਗੱਟਾਂ ਦੇ ਪਰੌਂਠੇ ਮੈਨੂੰ ਸਾਰੇ ਕਹਿੰਦੇ ਕਿ ਤੇਰਾ ਹੱਥ ਪਤਲਾ ਆ ਉਹਦਾ ਮੈਨੂੰ ਸਾਨੂੰ ਇਹ ਕਹਿੰਦੇ ਕਿ ਤੇਰੀ ਛੋਟੀ ਤਾਂ ਸ਼ਾਇਦ ਖਾ ਲਓ ਪਰੌਂਠੇ ਘਰ ਦੇ ਬਣੇ ਆ ਇਹ ਜੇ ਚਿੱਟੇ ਜੇ ਹਨਾ ਇਹ ਇਹਨਾਂ ਦਾ ਆਟਾ ਹੋਰ ਆ ਆਟਾ ਸੋਹਣਾ ਹੈ ਵੈਸੇ ਦੇਖਣ ਨੂੰ ਕਿੰਨੇ ਸੋਹਣੇ ਲੱਗਦੇ ਤੇ ਖਾਣਾ ਨੂੰ ਤੂੰ ਹਾਰ ਵੀ ਖਾਣਾ ਤੇਰਾ ਲੈ ਲਉਂਗੀ ਬਾਅਦ ਚ ਉਦਾਂ ਵੀ ਸੌਫਟ ਹੀ ਆ ਹਾਂ ਸ਼ਾਮ ਦੇ ਕਮਰੇ ਤੇ ਟੀਵੀ ਲੈਣਾ ਪਰ ਹਜੇ ਪਸੰਦ ਨਹੀਂ ਆ ਰਿਹਾ ਟੀਵੀ ਲਿਆ ਕੋ ਪਾਰਟੀ ਸ਼ਾਰਟੀ ਦੇ ਦੇ ਯਾਰ ਕਿਉਂ ਪਹਿਲਾਂ ਚਲਾ ਕੇ ਦੇਓ ਫੇਰ ਪਾਰਟੀ ਤੋਂ ਮੁੰਡਾ ਤੇ ਨਾਮ ਬਾਤਾ ਗੁਰਨੂਰ ਕਹੇ ਦਾ ਸੂਤ ਨਹੀਂ ਆਇਆ ਇਹ ਮਾਮਾ ਫਿਰ ਰਹੀ ਸੀ ਬਸ ਜੀ ਹੈ ਉਹ ਵੀ ਇਦਾਂ ਦਾ ਹੀ ਉਹ ਜਦੋਂ ਦੌੜਦਾ ਕਮਲਾ ਹੀ ਹੋ ਜਾਂਦਾ ਆਹੋ ਸਹੀ ਗੱਲ ਆ ਸੁਹਾਣਾ ਮੌਸਮ ਕਿੱਦਾਂ ਇਹ ਬੰਦਾ ਟੈਨਸ਼ਨ ਹੈ ਜੀ ਥੋੜਾ ਜਿਹਾ ਇਹ ਬੰਦਾ ਥੋੜਾ ਟੈਨਸ਼ਨ ਚ ਜੀ ਕੋਈ ਹੱਲਾ ਵਸਲਾ ਹੋਵੇ ਤਾਂ ਕਮੈਂਟ ਕਰਕੇ ਦੱਸਿਓ ਇਹ ਬੰਦੇ ਨੂੰ ਨਾ ਆਪਾਂ ਟੈਨਸ਼ਨ ਤੋਂ ਬਾਹਰ ਕੱਢਣਾ ਹੈ ਬੰਦਾ ਹੱਸਮੁੱਖ ਥੋੜਾ ਜਿਹਾ ਪਰ ਅੰਦਰ ਪਤਾ ਨਹੀਂ ਕੀ ਲੁਕਾਈ ਫਿਰਦਾ ਹੈ ਡੂੰਘੇ ਦਰਦ ਹੈ ਡੂੰਘੇ ਦਰਦ ਆ ਇਹ ਬਹੁਤ ਜ਼ਿਆਦਾ ਅੱਜ ਤੇ ਨਾ ਪੂਰੀ ਟਾਵਰ ਕੱਢੀ ਮੁੰਡਿਆਂ ਨੇ ਆ ਮੇਰਾ ਮੁੰਡਾ ਵਿਚਾਰਾ ਇੱਦਾਂ ਹੀ ਰਹਿੰਦਾ ਇਹ ਸਿੰਪਲ ਜਿਹਾ ਚਲੋ ਖੋਲੋ ਖੋਲ ਦੇ ਡਿੱਗੀ ਮੁੰਡਿਆ ਚਲੋ
ਰੋਣਾ ਹੀ ਹੈ ਪੱਤਣਾ ਜੀ। ਇਹ ਹੈਗਾ ਆਪਣਾ ਇਟਲੀ ਦੀ ਪਲੂ ਸਿਟੀ ਲਾ ਲਓ, ਜਿੱਦਾਂ ਬਹੁਤ ਵੱਡਾ ਸੈਂਟਰੂਮ ਹੈ, ਹਰੇਕ ਕੰਪਨੀ ਦੀ ਇੱਥੇ ਦੁਕਾਨ ਹੈ, ਅਤੇ ਇਹ ਬਹੁਤ ਵੱਡਾ ਹੈ, ਜਾਣੀ ਕਿ ਮੈਂ ਤੁਹਾਨੂੰ ਦੁਕਾਨਾਂ ਹੌਲੀ ਹੌਲੀ। ਔਸਤ ਆਇਆ, ਇਹ ਹੈਗਾ ਜੀ ਔਸਤ ਆਇਆ। ਪਛਾਣ ਲਿਆ ਔਸਤ ਆਇਆ, ਅੰਦਰ ਵੜ ਸਕਦੇ ਆ? ਪਲੂਸੀ ਦੀ ਤਰ੍ਹਾਂ ਨਾ ਬਹੁਤ ਵੱਡਾ ਮੋਲ ਆ, ਅਤੇ ਇਸ ਦਾ ਵੀ ਨਾਮ ਵੱਜਦਾ ਆ, ਬਹੁਤ ਵਧੀਆ ਮੋਲ ਆ ਕਰਮੋਨੇ ਸ਼ਹਿਰ ਦੇ ਵਿੱਚ। ਅਤੇ ਇੱਥੇ ਹਰੇਕ ਕੰਪਨੀ, ਹਰੇਕ ਵਰਾਇਟੀ, ਹਰੇਕ ਚੀਜ਼ ਤੁਹਾਨੂੰ ਇੱਥੇ ਮਿਲ ਜਾਏਗੀ, ਇਸ ਕਰਕੇ ਟਾਈਮ ਕੱਢ ਕੇ ਘੁੰਮਣ ਆਇਆ ਕਰੋ। ਇਹ ਵੀ ਇੱਕ ਨਾਂ ਦੇ ਨਾਲ ਜਾਣੀ ਜਾਂਦੇ ਆ, ਬਹੁਤ ਸੋਹਣੀ ਚੀਜ਼ ਹੈ। ਹਰੇਕ ਤਰ੍ਹਾਂ ਦੀ ਦੁਕਾਨ ਆ ਇੱਥੇ, ਸਾਫ਼ ਸੁਥਰਾ ਵਧੀਆ ਮਾਹੌਲ ਆ ਖੁੱਲ੍ਹਾ। ਉਹ ਤੂੰ ਆਇਆ ਇੱਥੇ, ਤੂੰ ਆਇਆ ਇੱਥੇ? ਅੱਛਾ ਅੱਛਾ ਅੱਛਾ, ਕਿੰਦਰ ਤੇ ਦੀ ਰੋਟੀ ਸੀਗੇ, ਮੈਂ ਤਾਂ ਹੀ ਤੈਨੂੰ ਕਿਹਾ। ਵੈਸੇ ਤਾਂ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਨਾ, ਇਟਲੀ ਪਿੰਡਾਂ ਵਾਲਾ ਮਾਹੌਲ ਆ, ਅਤੇ ਯਾਨੀ ਕਿ ਤੁਹਾਨੂੰ ਇੰਡੀਆ ਅਤੇ ਇਹਦੇ ਵਿੱਚ ਫਰਕ ਨਹੀਂ ਲੱਗਣ ਲੱਗਾ ਵਾ, ਲੇਕਿਨ ਬਹੁਤ ਸੋਹਣਾ ਹੈ। ਲੇਕਿਨ ਪੁਰਾਣੇ ਪੁਰਾਣੇ ਗਾਵਾਂ ਦੇ ਸਟਾਲੇ ਆ, ਪਰ ਇਟਲੀ ਸੋਹਣਾ ਬਹੁਤ ਹੈ। ਇਹ ਤੁਹਾਨੂੰ ਜਦੋਂ ਤੁਸੀਂ ਮਾਹੌਲ 'ਚ ਜਾਂਦੇ ਹੋ ਜਾਂ ਕਿਧਰੇ ਜਾਂਦੇ ਹੋ, ਤੁਹਾਨੂੰ ਪਤਾ ਨਹੀਂ ਲੱਗਣ ਲੱਗਾ ਤੁਸੀਂ ਕਿਹੜੀ ਕੰਟਰੀ 'ਚੋਂ। ਬਹੁਤ ਵਧੀਆ ਚੀਜ਼ ਹੈ ਇਹ। ਇੱਥੇ ਐਂਟਰੀ ਨਹੀਂ ਆਇਆ ਤੈਨੂੰ ਬਾਰਡਰ ਨੂੰ। ਜੈਤੂਨੀ ਜੇ ਆਪਾਂ ਲੈਣੇ ਆ ਜੇ ਖੇਡਣ ਨੂੰ ਬੱਚਿਆਂ ਦੇ ਮੁੰਨੇ, ਤੇ ਇੱਥੋਂ ਨਿਕਲ ਜਾਣੇ ਆ। ਜੁਤੇਨੀ ਜੇ ਉਹ ਲੈਣੇ ਆ ਤੇ ਉਹ ਇੱਥੋਂ ਕੱਟ ਦਿੰਦੇ ਆ। ਕਿੰਨੇ ਕੱਢੀਏ? ਕੱਢ ਲਓ ਮੰਗ ਕੱਢ ਦਈਏ। ਹੋਰ ਨਹੀਂ, ਬਹੁਤ ਜ਼ਿਆਦਾ ਨਾ ਕੱਢੀ ਦਲਜੀਤ। ਇੱਕ ਦੀ ਇੱਕ ਹੋਣੀ ਆ, 10 ਹੋਣੀਆਂ ਦਸਾਂ ਦੇ ਵਿੱਚ, ਇਹਨਾਂ 2 ਮਿੰਟ ਦਾ ਇੱਕ ਇੱਕ ਤਾਂ ਸੈਰ ਹੋਏ ਨਾ ਵਾਸਤੇ ਬਹੁਤ। ਮੋੜ ਹੁਣ ਚਲੋ ਭਾਈ। ਪਾ ਦੂਜਾ ਰਿੰਗ ਸੁਨੇਲ ਸੁਨੇਲ।
ਉਹ ਜੇ ਨੂੰ ਮਾਰਦਾ 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 ਪਤਾ ਲੱਗੇ ਨਹੀਂ ਸਾਨੂੰ ਉਹ ਕੱਢ ਦੋ ਹੁਣ ਕਰਨੇ ਹੈ ਉਹਨਾਂ ਨੇ ਐਸ ਕੱਢ ਦੋ ਸਾਰੇ ਸਾਰੇ ਕੀ ਕਰਨੇ ਉਹ ਵੀ ਹੈ ਟਾਈਮ ਖਤਮ ਹੋ ਜਾਣਾ ਵਾਹ ਕਿਆ ਸੀਨ ਹੈ ਵਾਹ ਕਿਆ ਸੀਨ ਹੈ ਮੈਨੂੰ ਪਤਾ ਹੀ ਨਹੀਂ ਸਕਾਇਰ ਵੱਲ ਲੱਗਿਆ ਮੈਂ ਨਾ ਛੋਟਾ ਨਹੀਂ ਹੈਗਾ ਨੀਚੇ ਤੇਰੇ ਨਾਪ ਦਾ ਆ ਰਹਿੰਦੇ ਫੇਰ ਕੱਪੜੇ ਬਈ ਕੱਪੜੇ ਦੀ ਇੰਨੀ ਕੁ ਵਰਾਇਟੀ ਹੈ ਬੰਦਾ ਲਵੇ ਕੀ ਨਾ ਲਵੇ ਪਰ ਬੰਦਾ ਬੋਤਲ ਜਾਂਦਾ ਗੰਨੇ ਦੇ ਖੇਤ 'ਚ ਗੰਦਾ ਨਹੀਂ ਪਸੰਦ ਆਉਂਦਾ ਕੱਪੜੇ ਦੇ ਕੱਪੜਾ ਨਹੀਂ ਪਸੰਦ ਆਉਂਦਾ 2 ਘੰਟੇ ਹੋ ਗਏ ਕਦੀ ਆਹ ਲੈਣਾ ਆ ਆਹ ਨਹੀਂ ਦੂਜਾ ਸੋਹਣਾ ਆ ਤੀਜਾ ਸੋਹਣਾ ਆ ਚੌਥਾ ਸੋਹਣਾ ਆ ਚਲੋ ਜੀ ਆਪਾਂ ਨੈਕਸਟ ਏ ਪਲੀਜ਼ ਅੱਗੇ ਜਾ ਕੇ ਆਉਂਦੇ ਬਾਈ ਭੁੱਖ ਬਹੁਤ ਜ਼ਿਆਦਾ ਲੱਗੀ ਆ ਇਸ ਕਰਕੇ ਬੰਦੇ ਆਪਾਂ ਕਿਰਾਏ ਤੇ ਚੜਾਉਂਦੇ ਆ ਸਮਾਨ ਲਿਆਉਂਦੇ ਆ ਕਹਿੰਦਾ ਸਰਪ੍ਰਾਈਜ਼ ਆ ਬਾਬਾ ਵਾ ਤੇ ਕੀ ਸਰਪ੍ਰਾਈਜ਼ ਆ ਬਾਬਾ ਨੂੰ ਸਭ ਪਤਾ ਆ ਬਈ ਇਟਲੀ 'ਚ ਘੁੰਮਣ ਦਾ ਨਜ਼ਾਰਾ ਆ ਜਾਂਦਾ ਹੈ ਬਹੁਤ ਹੀ ਵਧੀਆ ਪਲੇਸ ਆ ਯਾਰ ਇੱਕ ਵਾਰ ਟਾਈਮ ਕੱਢ ਕੇ ਆਓ ਘੁੰਮੋ ਫਿਰੋ ਜਿਹੜਾ ਮਰਜ਼ੀ ਸ਼ਹਿਰ ਚੂਜ਼ ਕਰੋ ਨਜ਼ਾਰਾ ਆ ਜਾਂਦਾ ਰੱਖੋ ਆ ਵੇਲੋ ਆਪਾਂ ਢੋਟਵਾਈ ਨੂੰ ਬੰਦਾ ਵੀ ਲੈਂਦਾ ਇੰਡੀਆ ਤੋਂ ਉਹ ਆਰਾਮ ਨਾ ਬੈਠੇ ਨੂੰ ਫਲ ਹੁੰਦਾ ਹੈ ਨਾ
ਗਾਣਾ ਵੀ ਪੂਰੀ ਕਰਾਂ ਗਾਣਾ ਮੁਬਾਰਕ ਗਾਣਾ।